ਤੇਜ ਵੀਰ ਮੈਂ ਕੀ ਬਣ ਗਿਆ ਤੇਰੇ ਨਾਲ, ਚਾਰ ਦਿਨ ਹੋ ਗਏ ਫੋਨ ਲਾਉਂਦਿਆਂ ਨੂੰ, ਕਿਤੇ ਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ। ਕੈਨੇਡਾ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਟਰਾਲਾ ਚਲਾਉਂਦਾ ਸੀ, ਕੈਨੇਡਾ ਤੋਂ ਅਮਰੀਕਾ ਟਰਾਲਾ ਲੈ ਕੇ ਗਿਆ ਤਾਂ ਉੱਥੇ ਕਿਸੇ ਗੱਡੀ ਨੇ ਜ਼ੋਰਦਾਰ ਟੱਕਰ ਮਾਰੀ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਤੇਜਵੀਰ ਸਿੰਘ ਨੇ ਦਮ ਤੋੜ ਦਿੱਤਾ। ਪੱਟੀ ਦੇ ਪਿੰਡ ਮਨਿਆਲਾ ਜੈ ਸਿੰਘ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਹਾਲੇ 4 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ। ਪਹਿਲਾਂ ਇਸ ਦੀ ਪਤਨੀ ਕੈਨੇਡਾ ਗਈ, ਜਿਸ ਤੋਂ ਬਾਅਦ ਇਹ ਨੌਜਵਾਨ ਵੀ 2 ਸਾਲਾਂ ਬਾਅਦ ਕੈਨੇਡਾ ਚਲਾ ਗਿਆ। ਤੇਜਵੀਰ ਸਿੰਘ ਕੈਨੇਡਾ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਕੈਨੇਡਾ ਤੋਂ ਅਮਰੀਕਾ ਲਈ ਟਰਾਲਾ ਲੈ ਕੇ ਅਮਰੀਕਾ ਗਿਆ, ਜਿੱਥੇ ਉਸਨੂੰ ਕਿਸੇ ਗੱਡੀ ਨੇ ਫੇਟ ਮਾਰੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। ਪਰਿਵਾਰ ਨੇ ਦੱਸਿਆ ਕਿ ਤੇਜਵੀਰ ਸਿੰਘ ਉਹਨਾਂ ਦਾ ਕੱਲਾ ਕੱਲਾ ਪੁੱਤ ਸੀ। ਬੜੇ ਚਾਵਾਂ ਦੇ ਨਾਲ ਉਸਦਾ ਵਿਆਹ ਕੀਤਾ ਤੇ ਉਸਨੂੰ ਵਿਦੇਸ਼ ਭੇਜਿਆ, ਪਰ ਅੱਜ ਉਸਦੀ ਦਰਦਨਾਕ ਮੌਤ ਹੋ ਗਈ। ਪਤਾ ਹੀ ਨਹੀਂ ਲੱਗਾ, ਗੱਡੀ ਚ ਉਤਰ ਲੱਗੇ, ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ। ਮੈਂ ਕਿਹੜੀ ਦੇਸ਼ ਗਿਆ ਸੀ? ਇਹ ਤੇ ਅਮਰੀਕਾ ਚ ਗਿਆ ਸੀ ਭਾਜੀ, ਟਰਾਲਾ ਲੈ ਗਏ ਅਮਰੀਕਾ ਨੂੰ ਹੀ ਗਿਆ ਸੀ, ਉੱਥੇ ਗਿਆ ਸੀ। ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਵਹੁਟੀ ਨੂੰ ਲਾਇਆ, ਵਹੁਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ। ਸਾਡੇ ਨਾਲ ਜ਼ੁਲਮ ਹੋ ਗਿਆ ਜੇ, ਸ਼ੁੱਕਰਵਾਰ ਦੀ ਗੱਲ ਆ ਜੇ। ਹਾਂਜੀ, ਹਾਏ ਧੀ ਵੀ ਮੰਜੇ ਤੇ ਆ, ਕੋਈ ਸਾਡਾ ਹਾਲ ਨੀ ਰਹਿ ਗਿਆ, ਅਸੀਂ ਲੁੱਟੇ ਮਾਰੇ ਗਏ ਜੇ, ਹਾਏ ਅਸੀਂ ਬਰਬਾਦ ਹੋ ਗਏ ਹਾਂ। ਜਵਾਨ ਸੀ ਸੱਟ, ਉਹਦੇ ਗਾੜੀ ਕੋਈ ਚੀਜ਼ ਨੀ ਸੀ ਭਾਜੀ, ਉਹਨੇ ਤੇ ਇੱਕ ਬੁੱਲਾ ਨੀ ਚੱਲਿਆ। ਹਾਏ ਮੇਰੇ ਪੁੱਤ ਨੇ ਕਿਤੇ ਮੇਰੇ ਨਾਲ ਨੀ ਕੀਤੀ, ਆਨੀ ਇੱਕ ਨੀ ਮੰਮੀ ਆਖ ਤੇਜ ਮੈਨੂੰ ਸਾਡੇ ਨਾਲ ਟਰਾਲੇ ਚ ਗੱਲਾਂ ਕਰਦਾ ਗਿਆ, ਮੁੜ ਕੇ ਬੱਚਿਆਂ ਨੇ ਗੱਲ ਕੀਤੀ, ਮੈਂ ਸੌਣ ਲੱਗਾ, ਮੁੜ ਕੇ ਅਸੀਂ ਆਖਿਆ ਸੌ ਜਾ, ਅਸੀਂ ਵੀ ਸੌਂ ਗਏ, ਮੈਨੂੰ ਮੁੜ ਕੇ ਸੌ ਗਿਆ, ਸੁੱਤੇ ਨੂੰ ਉਠਾਇਆ, ਸੁੱਤੇ ਨੂੰ ਉਠਾਇਆ ਨਾਲ ਦੇ ਨੇ। ਤੇਜਵੀਰ ਮੈਂ ਕੀ ਬਣ ਗਿਆ ਤੇਰੇ ਨਾਲ, ਚਾਰ ਦਿਨ ਹੋ ਗਏ ਫੋਨ ਲਾਉਂਦਿਆਂ ਨੂੰ, ਕਿਤੇ ਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ। ਹਸਪਤਾਲ 'ਚ ਦਾਖਲ ਕਰ ਦਿੱਤਾ, ਕੋਈ ਗੱਲ ਨਹੀਂ ਸਾਡੇ ਨਾਲ ਹੋਈ। ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ, ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ। ਓਏ ਹੋਏ 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 ਹੋਏ, ਹਾਏ ਕੀ ਕਰਾਂ ਦੇ, ਕਿੱਥੋਂ ਲੱਭਾਂ ਦੇ ਤੇਜਵੀਰ ਤੈਨੂੰ, ਹਾਏ ਸਾਡਾ ਦੀਵਾ ਗੁੱਲ ਹੋ ਗਿਆ, ਮੇਰਾ ਪੁੱਤ ਕੀ ਕਰੂਗਾ, ਇੱਕੋ ਬੱਚਾ ਸੀ ਸਾਡਾ, ਇੱਕ ਬੱਚਾ ਸਾਡਾ, ਨਾ ਉਹਦਾ ਕੋਈ ਬੱਚਾ, ਕੁੜੀ ਮੰਜੇ ਤੇ ਪਈ ਆ, ਸੱਟਾਂ ਬੜੀਆਂ ਲੱਗੀਆਂ ਉਹਨੂੰ ਕੋਠੀ ਤੋਂ ਡੇਕੇ, ਉਹਨੂੰ ਚੁੱਕ ਕੇ ਅੰਦਰ ਤੇ ਚੁੱਕ ਕੇ ਬਾਹਰ, ਤੇ ਆਪ ਰੋਟੀ ਖੋਣੇ ਆ, ਲੱਤਾਂ ਪੈਰ ਸਾਰੇ ਜਿਹੜੇ ਉਹ ਹਿਲਦੇ ਨਹੀਂ ਦੇ। ਬੱਚਾ 2 ਸਾਲ ਹੋ ਗਏ ਆ, 2 ਸਾਲ ਹੋ ਗਏ ਆ ਗਏ,
ਹੈ ਟੱਬਰ ਉਹਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਹੈ ਚਾਰ ਸਾਲ ਹੋ ਗਏ ਵਿਆਹ ਨੂੰ ਚਾਰ ਸਾਲ ਹੋ ਗਏ ਨਹੀਂ ਅਜੇ ਬੱਚਾ ਨਹੀਂ ਕੋਈ ਓਹੋ ਮਾਰੇ ਗਏ ਬੱਚਾ ਸਾਡਾ ਇੱਧਰ ਭੇਜ ਦਿਓ ਉੱਧਰ ਦੇਖੋ ਹੋ ਗਈ ਬੱਚੇ ਦੀ ਇੱਧਰ ਆ ਜਾ ਛੇਤੀ ਤੋਂ ਛੇਤੀ ਅਸੀਂ ਚਾਰ ਦਿਨ ਹੋ ਗਏ ਵਿਲਕਦਿਆਂ ਨੂੰ ਚਾਰ ਦਿਨ ਹੋ ਗਏ ਵਿਲਕਦਿਆਂ ਨੂੰ ਜੀ ਖੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਸੀਂ ਸਭ ਕੁਛ ਕਰਨਾ ਵਾ ਹੱਥੀ ਅਸੀਂ ਵੇਖ ਲਈਏ ਉਹਨੂੰ ਆਏ ਨੂੰ ਗੱਲ ਨਾ ਲਾ ਲਈਏ ਵੀ ਕੀ ਕੁਛ ਬਣਿਆ ਇਹਦੇ ਨਾਲ ਓਹੋ ਮੇਰੇ ਬ੍ਰਦਰ ਅਮੈਰੀਕਾ ਗਿਆ ਸੀ ਟਰਾਲੇ ਤੇ ਗੱਡੀ ਤੋਂ ਨੀਚੇ ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹਦੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਸ ਮੇਰੇ ਵੀਰ ਨੂੰ ਇੱਧਰ ਜੋ ਛੱਲੀ ਪੁਣੀ ਵਿੱਚ ਅਸੀਂ ਆਪਦਾ ਭਰਾ ਆਪਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਸ ਮੇਰੇ ਵੀਰ ਦੀ ਬੋਡੀ ਪਲੀਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਣਕੇ ਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ